ਪ੍ਰਾਈਮ ਇਨੀਸ਼ੀਏਟਿਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਅੱਜ ਦੇ ਸ਼ੋਅ ਦੇ ਵਿੱਚ ਫਿਰ ਆਪਾਂ ਪੰਨੂ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਅਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਸ਼ੁਕਰੀਆ ਪੰਨੂ ਸਾਹਿਬ ਸਭ ਤੋਂ ਪਹਿਲਾਂ ਸਵਾਲ ਜਿਹੜਾ ਮੈਂ ਪੁੱਛਣਾ ਚਾਹੁੰਦਾ ਜੀ ਦਿੱਲੀ ਗੁਰਦੁਆਰਾ ਕਮੇਟੀ ਨਾਲ ਸੰਬੰਧਿਤ ਕਿ ਸਮੇਂ ਤੋਂ ਪਹਿਲਾਂ ਹੀ ਜਿਹੜਾ ਕਾਰਜਕਾਰਨੀ ਦਾ ਅਸਤੀਫਾ ਜੀ ਉਹ ਹੋ ਗਿਆ ਅਤੇ ਖਾਸ ਕਰਕੇ ਇਸ਼ਾਰਾ ਇਹ ਲੱਗ ਰਿਹਾ ਸੀ ਕਿ ਸ਼ਾਇਦ ਮਨਜੀਤ ਸਿੰਘ ਜੀ ਕੇ ਹੋਰਾਂ ਨੂੰ ਹਟਾਉਣ ਦੀ ਕਵਾਇਦ ਆ ਪਰ ਦੂਸਰੇ ਪਾਸੇ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ ਸੀਗੇ ਉਹ ਵੀ ਥੋੜ੍ਹੇ ਜਿਹੇ ਉੱਭਰ ਕੇ ਸਾਹਮਣੇ ਆ ਰਹੇ ਨੇ ਇਹ ਸਾਰੇ ਕੁਛ ਨੂੰ ਕਿਵੇਂ ਦੇਖਦੇ ਹੋ ਕਿ ਅੰਦਰੂਨੀ ਸਿਆਸਤ ਹੈ ਜਾਂ ਫਿਰ ਕਿਸੇ ਚੀਜ਼ ਨੂੰ ਬਚਾਉਣ ਦੇ ਲਈ ਸਾਰਾ ਕੁਛ ਕੀਤਾ ਗਿਆ? ਸਿਆਸਤ ਹੈ, ਦਿੱਲੀ ਦੇ ਸਿੱਖਾਂ ਦੀ ਗੁਰਦੁਆਰਾ ਕਮੇਟੀ ਹੈ ਜਾਂ ਦਿੱਲੀ ਦੇ ਗੁਰਦੁਆਰਿਆਂ ਨਾਲ ਜੁੜੇ ਸਿੱਖਾਂ ਦੀ ਕਮੇਟੀ ਹੈ ਜੀ, ਪਰ ਚੱਲਦੀ ਹੈ ਪੰਜਾਬ ਦੇ ਸਿੱਖਾਂ ਦੀ ਰਾਜਨੀਤੀ ਨਾਲ ਜੁੜ ਕੇ ਜੀ। ਬੜਾ ਲੰਮਾ ਸਮਾਂ ਸੀ ਇਹ ਵੇਖਦੇ ਰਹੇ ਕਿ ਜੋ ਪੰਜਾਬ 'ਚ ਹੁੰਦਾ ਉਹਦਾ ਅਸਰ ਦਿੱਲੀ 'ਚ ਪੈਂਦਾ। ਇੱਕ ਸਮਾਂ ਸੀ ਜਥੇਦਾਰ ਸੰਤੋਖ ਸਿੰਘ ਦਿੱਲੀ 'ਚ ਕਹਿੰਦੇ ਹੁੰਦੇ ਸੀ ਕਿ ਸਾਨੂੰ ਦਿੱਲੀ ਦੇ ਸਿੱਖਾਂ ਨੂੰ ਪੰਜਾਬ ਦੀ ਰਾਜਨੀਤੀ ਤੋਂ ਪਾਸਾ ਰੱਖਣਾ ਚਾਹੀਦਾ ਜੀ, ਇਹਦੇ ਵਿੱਚ ਸ਼ਾਮਿਲ ਹੋਵਾਂਗੇ ਅਤੇ ਨੁਕਸਾਨ ਹੋ। ਜਥੇਦਾਰ ਸੰਤੋਖ ਸਿੰਘ ਹੋਰਾਂ ਤੋਂ ਬਾਅਦ ਜਥੇਦਾਰ ਰਿਸ਼ਪਾਲ ਸਿੰਘ ਆ ਗਿਆ, ਉਹਦੀ ਨੀਤੀ ਵੀ ਇਹੋ ਸੀ। ਫਿਰ ਸਰਨਾ ਭਰਾ ਦੋਵੇਂ ਆ ਗਏ, ਵਾਰੀ ਵਾਰੀ ਪ੍ਰਧਾਨ ਬਣੇ, ਉਹਨਾਂ ਦੀ ਨੀਤੀ ਵੀ ਇਹੋ ਸੀ। ਪਰ ਉਹਨਾਂ ਦੀ ਨੀਤੀ 'ਚ ਇੱਕ ਨੁਕਸ ਸੀ ਕਿ ਇਹ ਵੀ ਕਹਿੰਦੇ ਸੀ ਪੰਜਾਬ ਦੀ ਰਾਜਨੀਤੀ ਅਤੇ ਬਾਦਲ ਅਕਾਲੀ ਦਲ ਦੀ ਰਾਜਨੀਤੀ ਤੋਂ ਪਾਸੇ ਰਹਿਣਾ ਚਾਹੀਦਾ ਜੀ, ਅਤੇ ਕੈਪਟਨ ਅਮਰਿੰਦਰ ਸਿੰਘ ਦੀ ਨੇੜਤਾ ਤੋਂ ਵੀ ਉਹ ਰੁਕਦੇ ਨਹੀਂ ਸੀ ਜੀ। ਇਹਦੇ ਬਾਅਦ ਇੱਕ ਦੌਰ ਆਇਆ ਜਦੋਂ ਬਾਦਲ ਅਕਾਲੀ ਦਲ ਦੁਬਾਰਾ ਚੜਿਆ ਅਤੇ ਉਹਨਾਂ ਦਾ ਲੀਡਰ ਮਨਜੀਤ ਸਿੰਘ ਜੀਕੇ ਆ। ਇਹ ਮਨਜੀਤ ਸਿੰਘ ਜੀਕੇ ਜੀ ਜਿਹੜੇ ਜਥੇਦਾਰ ਸੰਤੋਖ ਸਿੰਘ ਦੀ ਪਹਿਲਾਂ ਮੈਂ ਗੱਲ ਕੀਤੀ ਹੈ, ਉਸੇ ਦਾ ਪੁੱਤਰ ਹੈ ਜੀ। ਹੁਣ ਜਿਹਨੇ ਗੁੜਤੀ ਸਿੱਖ ਸਿਆਸਤ ਤੋਂ ਲਈ ਹੋਏ, ਜਿਹਨੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਵਰਗੇ ਲੋਕਾਂ ਦਾ ਨੇੜ ਵੀ ਮਾਣਿਆ ਹੋਵੇ ਜੀ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਨੇੜਤਾ ਵੀ ਵੇਖੀ ਹੋਵੇ, ਉਹ ਅੱਜ ਵਾਲੇ ਆ ਜਿਹੜਾ ਅਕਾਲੀਆਂ ਦਾ ਨਵਾਂ ਪੋਚ ਆ ਉਹਨੂੰ ਕੀ ਸਮਝਦਾ? ਬਿਲਕੁਲ ਸਹੀ, ਉਹਨੂੰ ਇਹ ਸਾਰਾ ਕੁਛ ਆਉਂਦਾ ਅਤੇ ਦਿੱਲੀ ਦੇ ਸਿੱਖਾਂ 'ਚ ਉਹਦਾ ਇੱਕ ਨਾਮ ਹੀ ਹੈਗਾ। ਹੁਣ ਉਹਦੇ ਦੌਰਾਨ ਜਦੋਂ ਇਹ ਦੋ ਵਾਰੀ ਚੋਣਾਂ ਲਗਾਤਾਰ ਜਿੱਤ ਗਿਆ ਅਤੇ ਇਹਨਾਂ ਦੇ ਦੋ ਵਾਰੀ ਜਿੱਤਣ ਤੋਂ ਬਾਅਦ ਕੰਮ ਇਹ ਖਰਾਬ ਹੋ ਗਿਆ ਕਿ ਅੱਜ ਕੱਲ੍ਹ ਦਿੱਲੀ ਦੀ ਸਿੱਖ ਰਾਜਨੀਤੀ ਉੱਤੇ ਪੰਜਾਬ ਦੀ ਬਾਦਲ ਅਕਾਲੀ ਦਲ ਦੀ ਰਾਜਨੀਤੀ ਭਾਰੂ ਹੋ ਗਈ ਹੈ ਜੀ। ਆਮ ਸਿੱਖ ਉਹਦੇ ਨਾਲ ਨਹੀਂ ਗਏ, ਪਰ ਦਿੱਲੀ ਦੇ ਸਿੱਖਾਂ ਦੇ ਲੀਡਰ ਬਾਦਲ ਅਕਾਲੀ ਦਲ ਵੱਲ ਵੇਖਦੇ ਆ। ਕੋਈ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਜੇਬ ਖਰਚ ਦਾ ਸਵਾਲ ਹੁੰਦਾ, ਜਿੱਥੋਂ ਮਿਲਦਾ ਉੱਧਰ ਵੇਖਦੇ ਆ ਜੀ। ਹੁਣ ਪਿਛਲੇ ਸਾਲ ਦਾ ਚੇਤਾ ਕਰੋ ਕਿ 4 ਫਰਵਰੀ ਨੂੰ ਪੰਜਾਬ 'ਚ ਵਿਧਾਨ ਸਭਾ ਚੋਣਾਂ ਹੋਈਆਂ ਸੀ ਅਤੇ 11 ਮਾਰਚ ਨੂੰ 5 ਹਫ਼ਤਿਆਂ ਬਾਅਦ ਰਿਜ਼ਲਟ ਨਿਕਲਿਆ ਸੀ ਜੀ। 4 ਫਰਵਰੀ ਅਤੇ 11 ਮਾਰਚ ਦੇ ਵਿਚਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ। ਪੰਜਾਬ ਵਿੱਚ ਅਕਾਲੀ ਦਲ ਦੀ ਅਗਵਾਈ ਬਾਦਲ ਪਿਤਾ ਪੁੱਤਰ ਕਰਦੇ ਸੀ। ਦਿੱਲੀ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਅਤੇ ਜਿਹੜੇ ਬਾਦਲ ਅਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ 'ਚੋਂ ਸਿਰਫ ਇੱਕ ਮਨਜਿੰਦਰ ਸਿੰਘ ਸਿਰਸਾ ਜੀ ਨੇ ਆਪਣੇ ਪੋਸਟਰਾਂ 'ਤੇ ਬਾਦਲ ਬਾਪ ਬੇਟੇ ਦੀਆਂ ਫੋਟੋ ਲਾਈਆਂ, ਬਾਕੀਆਂ 'ਚੋਂ ਕਿਸੇ ਨੇ ਨਹੀਂ ਸੀ ਲਾਈਆਂ ਜੀ। ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਚੋਣ ਲੜੀ ਗਈ ਅਤੇ ਸਾਰੀ ਇਹ ਕਹਿੰਦੇ ਸੀ ਜੀ ਉਹਨਾਂ ਨੂੰ ਇੱਥੇ ਨਾ ਲਿਆਓ ਜੀ। ਅਖੀਰਲੇ 3 ਦਿਨ ਜਦੋਂ ਰਹਿ ਗਏ ਤਾਂ ਸੁਖਬੀਰ ਸਿੰਘ ਬਾਦਲ ਦਿੱਲੀ 'ਚ ਰਹਿ ਗਿਆ, ਪਰ ਉਹ ਮਨਜਿੰਦਰ ਸਿੰਘ ਸਿਰਸੇ ਦੇ ਇਲਾਕੇ 'ਚ ਵੀ ਨਹੀਂ ਗਿਆ, ਇੱਕ ਕੋਠੀ 'ਚ ਰਹਿ ਕੇ ਅਤੇ ਮੁਹਿੰਮ ਚਲਾਉਂਦਾ ਰਿਹਾ, ਬਾਹਰ ਨਹੀਂ ਲੋਕਾਂ 'ਚ ਨਿਕਲਿਆ ਵੀ ਮਾੜਾ ਅਸਰ ਨਾ ਪਵੇ। ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਪੰਜਾਬ ਅਸੀਂ ਹਾਰਦੇ ਪਏ, ਜੇ ਨਤੀਜਾ ਨਹੀਂ ਸੀ ਆਇਆ ਪਰ ਪਹਿਲਾਂ ਪਤਾ ਲੱਗ ਗਿਆ ਸੀ। ਗੱਲ ਸੱਚੀ ਨਿਕਲੀ ਕਿ ਪੰਜਾਬ 'ਚ ਹਾਰ ਗਏ ਪਰ ਦਿੱਲੀ 'ਚ ਆਰਾਮ ਨਾਲ ਜਿੱਤ ਗਏ, ਕਿਉਂਕਿ ਦਿੱਲੀ 'ਚ ਇਹਨਾਂ ਦੀ ਫੋਟੋ ਨਹੀਂ ਸੀ ਵਿਖਾਈ ਗਈ ਜੀ। ਉੱਥੋਂ ਹੀ ਇੱਕ ਰੌਲਾ ਪੈ ਗਿਆ ਕਿ ਦਿੱਲੀ ਵਿੱਚ ਮਨਜੀਤ ਸਿੰਘ ਜੀਕੇ ਇੰਨਾ ਕੱਦ ਕੱਢ ਗਿਆ ਜਿੰਨਾ ਉਹਦੇ ਬਾਪ ਦਾ ਕੱਦ ਹੁੰਦਾ ਸੀ, ਅਤੇ ਉਸ ਕੱਦ ਕੱਢਣ ਕਰਕੇ ਪੰਜਾਬ ਵਿੱਚ ਬੈਠੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਹੁਣ ਹਜ਼ਮ ਨਹੀਂ ਹੋਣਾ। ਉੱਥੋਂ ਫਿਰ ਹੌਲੀ ਹੌਲੀ ਵਿਗਾੜ ਪੈਣਾ ਸ਼ੁਰੂ ਹੋ ਗਿਆ ਜੀ। ਮਨਜਿੰਦਰ ਸਿੰਘ ਸਿਰਸਾ ਇਸ ਵੇਲੇ MLA ਵੀ ਹੈ, ਇਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਵੀ ਹੈ। ਅਸੀਂ ਨੇੜਿਓਂ ਨਹੀਂ ਜਾਣਦੇ ਮਨਜੀਤ ਸਿੰਘ ਜੀਕੇ ਠੀਕ ਹੈ ਕਿ ਮਨਜਿੰਦਰ ਸਿੰਘ ਸਿਰਸਾ ਠੀਕ ਹੈ ਜੀ। ਸਾਨੂੰ ਦੂਰੋਂ ਵੇਖਿਆ ਦੋਵੇਂ ਠੀਕ ਲੱਗਦੇ, ਦੋਵੇਂ ਸਿੱਖ ਵਿਚਾਰਧਾਰਾ ਨਾਲ ਜੋੜ ਕੇ ਗੱਲ ਕਰਦੇ, ਪਰ ਇਹਦੇ ਵਿੱਚੋਂ ਕੁਛ ਗੱਲਾਂ ਇਹੋ ਜਿਹੀਆਂ ਆ ਜਾਂਦੀਆਂ ਜਿਨ੍ਹਾਂ 'ਚ ਇੱਦਾਂ ਦਿੱਲੀ ਦੇ ਸਿੱਖਾਂ 'ਚੋਂ ਪ੍ਰਭਾਵ ਮਿਲਦਾ ਕਿ ਮਨਜੀਤ ਸਿੰਘ ਜੀਕੇ ਨਾਲ ਕੋਈ ਜ਼ਿਆਦਤੀ ਹੋ ਰਹੀ ਹੈ ਜੀ। ਉਹਨੇ ਇਸੇ ਕਰਕੇ ਪਿੱਛੇ ਜੇ ਕਹਿ ਦਿੱਤਾ ਸੀ ਮੈਂ ਅਸਤੀਫਾ ਦਿੱਤਾ, ਬਾਅਦ 'ਚ ਪੈ ਲੱਗਾ ਅਸਤੀਫਾ ਨਹੀਂ ਦਿੱਤਾ, ਆਪਣਾ ਚਾਰਜ ਆਪਣੇ ਤੋਂ ਜੂਨੀਅਰ ਨੂੰ ਸੌਂਪਿਆ ਸੀ ਜੀ। ਅਤੇ ਇਸ ਗੱਲ ਨੂੰ ਕਾਊਂਟਰ ਕਰਨ ਵਾਸਤੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣਾ ਚਾਰਜ ਆਪਣੇ ਤੋਂ ਜੂਨੀਅਰ ਨੂੰ ਸੌਂਪਤਾ, ਦੋਵੇਂ ਪਾਸੇ ਹੋ ਗਏ। ਫਿਰ ਸਮਝੌਤਾ ਹੋਇਆ ਜੀ, ਸਮਝੌਤੇ ਤੋਂ ਬਾਅਦ ਦੋਵੇਂ ਵਾਪਸ ਆਏ, ਵਾਪਸ ਆ ਕੇ ਚੱਲੇ ਫਿਰ ਨਹੀਂ। ਹੁਣ ਫਿਰ ਮਨਜੀਤ ਸਿੰਘ ਜੀਕੇ ਨੇ ਅਸਤੀਫਾ ਦੇ ਦਿੱਤਾ ਅਤੇ ਮਨਜਿੰਦਰ ਸਿੰਘ ਸਿਰਸੇ ਵਾਸਤੇ ਮਜਬੂਰੀ ਬਣ ਗਈ, ਕੀ ਕਰੇ? ਉਹਨੇ ਆਖਿਆ ਜੀ ਅਸੀਂ ਸਿੱਧਾ ਅਸਤੀਫਾ ਦੇ ਦੇਣਾ ਨਹੀਂ,
ਕਾਨੂੰਨੀ ਤੌਰ 'ਤੇ ਅਸਤੀਫਾ ਨਹੀਂ ਦਿੱਤਾ ਜੀ, ਪਰ ਆਪਣੇ ਅਸਤੀਫੇ ਲਿਖ ਕੇ ਨਾਲ ਆਪਣੇ ਜਿਹੜੇ 13 ਜਣੇ ਹੋਰ ਸੀ ਵਰਕਿੰਗ ਕਮੇਟੀ 'ਚ ਉਹਨਾਂ ਦੇ ਅਸਤੀਫੇ ਲਿਖ ਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਭੇਜਤੇ, ਸੁਖਬੀਰ ਸਿੰਘ ਬਾਦਲ ਨੂੰ। ਉਹਦੀ ਮਰਜ਼ੀ ਆ, ਇਹਨਾਂ ਸਾਰਿਆਂ ਦੇ ਅਸਤੀਫੇ ਜੇਬ 'ਚ ਪਾ ਛੱਡੇ, ਮਰਜ਼ੀ ਆ ਮਨਜ਼ੂਰ ਕਰਨ ਵਾਸਤੇ ਭੇਜ ਦੇਵੇ। ਪਰ ਮਨਜੀਤ ਸਿੰਘ ਜੀ ਕਿ ਉਹਨਾਂ ਸਾਰਿਆਂ ਨੇ ਗੁਰਦੁਆਰਾ ਚੋਣ ਬੋਰਡ ਨੂੰ ਲਿਖਤਾ ਕਿ ਨਵੀਆਂ ਚੋਣਾਂ ਤੁਸੀਂ ਅਗੇਤੀਆਂ ਕਰਾ ਦਿਓ ਜੀ। ਇਸ ਕਸ਼ਮਕਸ਼ ਦੇ ਵਿੱਚ ਅਜੇ ਤੱਕ ਦੀ ਸਥਿਤੀ 'ਚ ਮਨਜੀਤ ਸਿੰਘ ਜੀ ਕੇ ਦੂਸਰਿਆਂ ਨਾਲੋਂ ਪਲੜਾ ਭਾਰਾ ਜਾਪਦਾ ਜੀ। ਪਰ ਕੱਲ੍ਹ ਨੂੰ ਕੀ ਹੋਊ, ਮਨਜੀਤ ਸਿੰਘ ਜੀ ਦਾ ਪਲੜਾ ਭਾਰਾ ਹੋਊ ਕਿ ਨਹੀਂ, ਇਹ ਤਾਂ ਕੋਈ ਨਾ ਪਤਾ। ਮਨਜਿੰਦਰ ਸਿੰਘ ਸਿਰਸਾ ਪਿਛਲੇ ਸਮੇਂ 'ਚ ਬੜੀ ਤੇਜ਼ੀ ਨਾਲ ਉੱਭਰਿਆ ਜੀ, ਉਸ ਉਭਾਰ ਨੂੰ ਦਿੱਲੀ ਦੇ ਸਿੱਖਾਂ ਦਾ ਲੀਡਰ ਮੰਨਦੇ ਆ ਜਾਂ ਪੰਜਾਬ ਦੇ ਲੀਡਰਾਂ ਦੀ ਪ੍ਰਤੀਨਿਧਤਾ ਮੰਨਦੇ ਆ, ਇਹ ਗੱਲ ਜਦੋਂ ਗਿਣਤੀ ਮਿਣਤੀ 'ਚ ਆਈ ਜੀ, ਮੈਨੂੰ ਲੱਗਦਾ ਉੱਥੇ ਕਿਤੇ ਨਾ ਕਿਤੇ ਗੜਬੜ ਹੋ ਸਕਦੀ ਹੈ। ਇੱਕ ਚਰਚਾ ਦਿੱਲੀ 'ਚ ਇਹ ਵੀ ਹੈ ਕਿ ਲੀਡਰ ਸਾਨੂੰ ਦਿੱਲੀ ਦੇ ਸਿੱਖਾਂ ਦਾ ਚਾਹੀਦਾ। ਇੱਕ ਬੰਦਾ ਇੱਕੋ ਵਕਤ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਜਨਰਲ ਸੈਕਟਰੀ ਹੋਵੇ ਜੀ, ਅਤੇ ਭਾਜਪਾ ਦਾ MLA ਵੀ ਹੋਵੇ, ਜਿਹੜੀ ਭਾਜਪਾ ਹਿੰਦੂਤਵ ਦੀ ਹਮਾਇਤੀ ਹੈ ਉੱਥੇ ਹਿੰਦੂਤਵ ਦਾ ਹਮਾਇਤੀ ਹੋਵੇ, ਅਤੇ ਅਕਾਲੀ ਦਲ ਜਾ ਕੇ ਘੱਟ ਗਿਣਤੀਆਂ ਦੀ ਗੱਲ ਕਰੇ, ਇੱਥੇ ਆ ਕੇ ਮੁਸ਼ਕਿਲ ਮਨਜਿੰਦਰ ਸਿੰਘ ਸਿਰਸੇ ਵਾਸਤੇ ਵੀ ਬਣ ਸਕਦੀ ਹੈ। ਸੌਣ ਵਾਲੇ ਦਿਨਾਂ 'ਚ ਕਲੀਅਰ ਹੋਊਗੀ ਪਿਕਚਰ, ਅਜੇ ਅਜੇ ਨਹੀਂ। ਹਾਂ, ਅਤੇ ਮੈਨੂੰ ਸਭ ਦੂਸਰਾ ਸਵਾਲ ਮੈਂ ਕਰਨਾ ਚਾਹੁੰਦਾ ਤੁਹਾਨੂੰ ਭਾਜਪਾ ਨਾਲ ਸੰਬੰਧਿਤ। ਭਾਜਪਾ ਦੀਆਂ ਜਿਹੜੀਆਂ ਪਹਿਲਾਂ ਆਲਰੇਡੀ ਲੀਡਰ ਸਾਹਿਬਾਨ ਨੇ ਜਿੱਦਾਂ ਸੁਸ਼ਮਾ ਸਵਰਾਜ ਜੀ ਨੇ ਮਨਾ ਕਰਤਾ ਇਲੈਕਸ਼ਨ ਲੜਨ ਨੂੰ, ਉਮਾ ਭਾਰਤੀ ਨੇ ਕਰ ਦਿੱਤਾ, ਪਰ ਹੁਣ ਭਾਜਪਾ ਲੱਗਦਾ ਫਿਲਮੀ ਸਿਤਾਰਿਆਂ 'ਤੇ ਟੇਕ ਲਾਉਣ ਲੱਗ ਗਈ। ਪਹਿਲਾਂ ਸਨੀ ਦਿਓਲ ਹੋਰਾਂ ਦਾ ਨਾਮ ਆਇਆ ਸੀਗਾ ਅਤੇ ਹੁਣ ਮਾਧੁਰੀ ਦੀਕਸ਼ਿਤ ਹੋਰਾਂ ਦੇ ਉੱਪਰ ਗੁਣਾ ਪੈ ਰਿਹਾ ਲੱਗਦਾ ਪੁਣੇ ਤੋਂ ਇਲੈਕਸ਼ਨ ਲੜਾਉਣ ਲਈ। ਇੱਦਾਂ ਕਿਉਂ, ਮਤਲਬ ਹਿੰਦੂ ਸਿਆਸਤ ਨੂੰ ਛੱਡ ਕੇ ਅਤੇ ਹੁਣ ਫਿਲਮੀ ਕਲਾਕਾਰਾਂ ਦੇ ਸਿਰ ਦੇ ਉੱਪਰ ਟੇਕ ਕਿਉਂ ਰੱਖ ਰਹੀ ਭਾਜਪਾ? ਐਵੇਂ ਭੱਜੇ ਪਏ ਉੱਧਰ ਨੂੰ ਪੰਜਾਬ 'ਚ ਆਉਣਾ, ਸਨੀ ਦਿਓਲ ਦੀ ਵੀ ਕੀ ਲੋੜ ਆ ਜੀ, ਮੀਕੇ ਨੂੰ ਲੈ ਆਉਣਾ, ਉਹ ਤਾਂ ਪਹਿਲਾਂ ਦੁਬਈ ਤੋਂ ਛਡਾਉਣਾ ਪੈਣਾ ਨਾ ਜੀ। ਛੱਡ ਜਾ ਕੋਈ ਗੱਲ, ਉਹ ਇੱਦਾਂ ਦੇ ਪ੍ਰਬੰਧ ਕਰਨੇ ਜਾਣਦੇ ਆ, ਦੁਬਈ ਤੋਂ ਵੀ ਛਡਾ ਲਿਆਉਣਗੇ ਜੀ। ਇੱਕ ਮੀਕਾ ਲੈ ਆਉਣ, ਜੇ ਨਾਲ ਦੀ ਕੋਈ ਸ਼ਹਿਰੀ ਸੀਟ ਹੋਵੇ ਤਾਂ ਰਾਖੀ ਸਾਵੰਤ ਤਾਂ ਕੋਈ ਅਰਜ ਨਹੀਂ, ਸਾਰੇ ਲੈ ਆਓ, ਮਤਲਬ ਸ਼ਰੀਫ ਸ਼ਰੀਫ ਚੁਣ ਕੇ ਲਿਆਉਣੇ ਚਾਹੀਦੇ ਸਾਰੇ, ਕੋਈ ਗੱਲ ਨਹੀਂ ਲੈ ਆਉਣ। ਇਹ ਬਹੁਤ ਗੈਰ ਗੰਭੀਰ ਗੱਲ ਹੈ ਜੀ ਕਿ ਫਿਲਮ ਸਟਾਰਾਂ ਨੂੰ, ਜਿਨ੍ਹਾਂ ਦਾ ਕੱਲ੍ਹ ਤੱਕ ਰਾਜਨੀਤੀ ਨਾਲ ਕੋਈ ਵਾਸਤਾ ਨਹੀਂ ਸੀ, ਜਿਨ੍ਹਾਂ ਨੂੰ ਇਹ ਪੁੱਛ ਲਓ ਕਿ BJP ਦੇ ਪਿਛਲੇ 5 ਪ੍ਰਧਾਨਾਂ ਦੇ ਨਾਂ ਦੱਸ ਦੇ ਜੀ, ਦੇਸ਼ ਦੇ 5 ਪ੍ਰਧਾਨ ਮੰਤਰੀਆਂ ਦੇ ਨਾਂ ਦੱਸ ਦੇ, ਉਹਨਾਂ ਨੂੰ ਇਹ ਹੀ ਨਹੀਂ ਪਤਾ, ਉਹਨਾਂ ਨੂੰ ਲਿਆ ਕੇ ਇੱਥੇ ਖੜੇ ਕਰ ਦਿਓ ਜੀ, ਉਹ ਰਾਜਨੀਤੀ ਚਲਾਉਣਗੇ। ਰਾਜਨੀਤੀ ਜਿਨ੍ਹਾਂ ਚਲਾਉਣੀ ਆ ਉਹਨਾਂ ਦਾ ਮਨ ਚੁੱਕਿਆ ਜਾ ਰਿਹਾ ਜੀ। ਤਾਂ ਸਭ ਠੀਕ ਆਖਿਆ ਕਿ ਸੁਸ਼ਮਾ ਸਵਰਾਜ ਨੇ ਆਖਿਆ ਮੈਂ ਚੋਣ ਨਹੀਂ ਲੜਨੀ, ਉਮਾ ਭਾਰਤੀ ਨੇ ਆਖਿਆ ਮੈਂ ਚੋਣ ਨਹੀਂ ਲੜਨੀ ਜੀ। ਮੈਂ ਉਮਾ ਭਾਰਤੀ ਦੇ ਉਹ ਦਿਨ ਵੇਖੇ ਆ ਜਦੋਂ 1999 'ਚ ਅਜੇ ਇਹ ਜਵਾਨ ਸਾਧਵੀ ਸੀ ਅਤੇ ਇਹਨੇ ਪਹਿਲੀ ਚੋਣ ਲੜੀ ਅਤੇ ਜਿੱਤੀ ਜੀ, ਅਤੇ ਸਾਰੇ ਪਾਸੇ ਦਾ ਦਬਦਬਾ ਸੀ, ਇਹਦੀਆਂ ਤਕਰੀਰਾਂ ਸੁਣਨ ਵਾਸਤੇ ਲੋਕ ਦੂਰੋਂ ਦੂਰੋਂ ਆਉਂਦੇ ਸਨ ਜੀ। ਮੈਂ ਤਰਨ ਤਾਰਨ 'ਚ ਇਹਨੂੰ ਪਹਿਲੀ ਵਾਰ ਉਦੋਂ ਮਿਲਿਆ ਜੀ। ਉਸ ਵਕਤ ਤੋਂ ਲੈ ਕੇ ਅੱਜ ਤੱਕ ਕਦੇ ਪਾਰਲੀਮੈਂਟ ਵਿੱਚ ਕਦੇ ਅਸੈਂਬਲੀ 'ਚ, ਇੱਕ ਵਾਰੀ ਇਹ ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਵੀ ਰਹੀ, ਭਾਜਪਾ ਦੇ ਵਿੱਚ ਵੀ ਰਹੀ, ਉਹਦੇ ਵਿਰੋਧ 'ਚ ਵੀ ਰਹੀ ਜੀ, ਧੜੱਲੇਦਾਰ ਲੀਡਰ ਗਿਣੀ ਜਾਂਦੀ ਸੀ। ਨਰਿੰਦਰ ਮੋਦੀ ਨੇ ਆ ਕੇ ਇਹਨੂੰ ਗੰਗਾ ਸਫਾਈ ਦੀ ਮੁਹਿੰਮ ਦਿੱਤੀ, 2 ਸਾਲਾਂ ਬਾਅਦ ਇਹ ਕਹਿ ਕੇ ਤੈਨੂੰ ਕੱਖ ਵੀ ਆਉਂਦਾ ਪਾਸੇ ਹਟਾ ਕੇ ਉਹਦੇ ਕੋਲੋਂ ਉਹ ਕੰਮ ਖੋ ਕੇ ਇਹਨੇ ਨਿਤਿਨ ਗਡਕਰੀ ਨੂੰ ਦੇ ਦਿੱਤਾ। ਅਸਲ ਵਿੱਚ ਉਮਾ ਭਾਰਤੀ ਨੂੰ ਝਟਕਾ ਦੇ ਕੇ ਆਖਿਆ ਸੀ ਕਿ ਤੇਰੀ ਹੁਣ ਲੋੜ ਨਹੀਂ, ਉਮਾ ਨੂੰ ਪਤਾ ਕਿ ਇਸ ਵਾਰੀ ਮੈਨੂੰ ਟਿਕਟ ਨਹੀਂ ਮਿਲਣੀ, ਇਸ ਕਰਕੇ ਉਹਨੇ ਪਹਿਲਾਂ ਰੌਲਾ ਪਾਤਾ ਕਿ ਮੈਂ ਨਹੀਂ ਚੋਣ ਚਾਣ ਲੜਨੀ ਜੀ। ਦੂਜੀ ਹੈ ਬੀਬੀ ਸੁਸ਼ਮਾ ਸਵਰਾਜ, ਅਸੀਂ ਉਹਨੂੰ ਉਦੋਂ ਤੋਂ ਜਾਣਦੇ ਹਾਂ ਜਦੋਂ ਐਮਰਜੈਂਸੀ ਤੋਂ ਬਾਅਦ ਹਰਿਆਣੇ 'ਚ ਪਹਿਲੀ ਗੈਰ ਕਾਂਗਰਸੀ ਸਰਕਾਰ ਬਣੀ ਚੌਧਰੀ ਦੇਵੀ ਲਾਲ ਦੀ, ਉਦੋਂ ਇਹ ਜਨਤਾ ਪਾਰਟੀ ਸੀ ਜੀ, ਇਹ MLA ਬਣੀ, ਇੱਕ ਵਾਰੀ ਹਰਿਆਣੇ 'ਚ ਮੰਤਰੀ ਵੀ ਬਣੀ, ਫਿਰ 3 ਚੋਣਾਂ ਲਗਾਤਾਰ ਹਾਰੀ, 2 ਹਾਰ ਗਈ ਜਦੋਂ 3ਜੀ ਚੋਣ ਲੜਦੀ ਪਈ ਸੀ, ਇਹਨੇ ਹਰਿਆਣੇ 'ਚ ਆਖਿਆ ਅਬ ਕੀ ਵਾਰ ਮੈਂ ਹਾਰ ਗਈ ਤਾਂ ਮੈਂ ਹਰਿਆਣਾ ਮੈਂ ਕਦੀ ਆਊਂਗੀ ਨਹੀਂ, ਅਤੇ ਲੋਕਾਂ ਆਖਿਆ ਜਾ ਫਿਰ ਹਰਾਤੀ ਜੀ। ਇਹ ਫਿਰ ਉਸ ਤੋਂ ਬਾਅਦ ਹਰਿਆਣੇ 'ਚ ਨਹੀਂ, ਆਸੇ ਪਾਸੇ ਲੜਦੀ ਰਹੀ, ਜਿੱਤੀ ਰਹੀ, ਮੰਤਰੀ ਬਣਦੀ ਰਹੀ, ਆਪੋਜੀਸ਼ਨ ਲੀਡਰ ਬਣਦੀ ਰਹੀ, ਸਭ ਕੁਝ ਬਣਦੀ ਜੀ। ਇਸ ਵਾਰੀ ਉਹਨੂੰ ਪਤਾ ਕਿ ਤਿਲਾਂ 'ਚ ਤੇਲ ਨਹੀਂ। 2014 'ਚ ਤੋਂ ਹਰਿਆਣੇ ਦੀ ਅਸੈਂਬਲੀ ਦੀ ਚੋਣ ਹੋਈ ਆ, ਇਹਦੀ ਆਖੇ 5 ਟਿਕਟਾਂ ਵੀ ਨਹੀਂ ਦਿੱਤੀਆਂ, 4 ਵੀ ਨਹੀਂ, 3 ਵੀ ਨਹੀਂ, 2 ਵੀ ਨਹੀਂ, 1 ਟਿਕਟ ਦਿੱਤੀ ਇਹਦੀ ਭੈਣ ਨੂੰ ਜੀ। ਜਿੱਥੇ ਇਹਨੂੰ ਟਿਕਟ ਦਿੱਤੀ ਗਈ, ਜੇ ਉਸ ਟਿਕਟ ਦੇ ਘੇਰੇ ਘੇਰੇ ਦੀਆਂ 5 ਸੀਟਾਂ BJP ਨੇ ਜਿੱਤ ਲਈਆਂ ਅਤੇ ਵਿਚਕਾਰਲੀ ਉਹ ਇਕੱਲੀ ਸੀਟ ਹਾਰ ਗਈ, ਉਹਨਾਂ 5 ਸੀਟਾਂ 'ਤੇ ਬਹੁਤ ਵੱਡਾ ਫਰਕ, ਮਾਰਜਨ ਬਹੁਤ ਤਕੜਾ, ਅਤੇ ਇਕੱਲੀ ਸੀਟ ਹਾਰ ਗਈ, ਅਤੇ ਸਾਰਿਆਂ ਨੂੰ ਪਤਾ ਸੀ ਕਿ ਇਹਦੀ ਭੈਣ ਦੀ ਸੀਟ ਹਾਰੀ ਨਹੀਂ, ਭਾਜਪਾ ਹਰਾਈ ਗਈ ਆ, ਤਾਂ ਕਿ ਬੀਬੀ ਨੂੰ ਵਿਖਾ ਦਿੱਤਾ ਜਾਵੇ ਸ਼ੀਸ਼ਾ ਕਿ ਆਏ ਗੁਰਸਿਆ ਜੀ। ਉਹਨੂੰ ਹੁਣ ਪਤਾ ਕਿ ਮੈਨੂੰ ਇਸ ਵਾਰੀ ਟਿਕਟ ਕਿਸੇ ਦੇਣੀ ਨਹੀਂ, ਉਹਨੇ ਵੀ ਪਹਿਲਾਂ ਕਹਿਣਾ ਸ਼ੁਰੂ ਕਰਤਾ ਮੈਂ ਨਹੀਂ ਚੋਣ ਚਾਣ ਲੜਦੀ, ਮੈਂ ਲੜਦੀ ਨਹੀਂ, ਮਤਲਬ ਇਹ ਕਿ ਜੇ ਬਹੁਤਾ ਜ਼ਿਆਦਾ ਕਹਿਣ ਲੜ ਵੀ ਲਓ, ਪਰ ਇੱਕ ਵਾਰੀ ਕਹੋ ਕਿ ਮੈਂ ਤਾਂ ਆਪ ਹੀ ਛੱਡ ਦਿੱਤੀ ਆ, ਉਹ ਜਿਹੜਾ ਮੈਂ ਨਹੀਂ ਲੜਦੀ, ਮੈਂ ਨਹੀਂ ਲੜਨੀ, ਇਹਦੇ ਵਿੱਚ ਅਜੇ ਤੁਸੀਂ ਵੇਖਿਓ ਜਿਹੜੇ ਉਹ ਮਾਰਗਦਰਸ਼ਕ ਮੰਡਲ 'ਚ 2 ਬਿਠਾਏ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਜੀ, ਉਹਨਾਂ ਨੇ ਵੀ ਕਹਿਣਾ ਸੀ ਚੋਣ ਨਹੀਂ ਲੜਨੀ,
ਜਿਹੜੇ ਅਡਵਾਨੀ ਜੀ ਉਹਨਾਂ ਨੇ ਪਿਛਲੀ ਵਾਰੀ ਵੀ ਕਿਹਾ ਸੀ ਮੈਂ ਨਹੀਂ ਲੜਨੀ ਜੀ, ਕਿਉਂਕਿ ਉਹਨੂੰ ਪਤਾ ਸੀ ਕਿ ਜਦੋਂ ਵੱਡੀ ਕੁਰਸੀ ਵਾਸਤੇ ਅਤੇ ਨਰਿੰਦਰ ਮੋਦੀ ਆ ਰਿਹਾ ਮੇਰੀ ਲੋੜ ਹੀ ਨਹੀਂ ਜੀ, ਅਤੇ ਮੈਂ ਇਹਦੇ ਮਗਰ ਮਗਰ ਫਿਰਨ ਲਈ ਕਾਹਦੇ ਲਈ ਆਵਾਂ। ਇਸ ਵਾਰੀ ਉਹਨੇ ਵੀ ਨਹੀਂ ਲੜਨੀ, ਪਰ ਕਈ ਹੋਰ ਲੋਕ ਹੈ ਜਿਹੜੇ ਕਹਿੰਦੇ ਇਸ ਵਾਰੀ ਅਸੀਂ ਚੋਣ ਨਹੀਂ ਲੜਨੀ, ਅਸੀਂ ਪਾਰਟੀ ਨਾਲ ਸਾਰੀ ਉਮਰ ਰਹੇ ਹਾਂ, ਹੁਣ ਜ਼ਲੀਲ ਨਹੀਂ ਹੋਇਆ ਜਾਂਦਾ, ਉਹ ਸਾਰੇ ਹੌਲੀ ਹੌਲੀ ਮੈਦਾਨ 'ਚੋਂ ਨਿਕਲ ਰਹੇ ਆ, ਇਸ ਕਰਕੇ ਮੀਕੇ ਹੋਰਾਂ ਵਾਸਤੇ ਰਾਹ ਖੁੱਲ੍ਹ ਰਿਹਾ ਹੋ ਰਿਹਾ। ਤੁਹਾਨੂੰ ਸਭ ਅਗਲੀ ਗੱਲ ਮੈਂ ਕਰਨੀ ਚਾਹੁੰਦਾ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਐਸਾ ਰੌਲਾ ਪਿਆ ਸੀਗਾ ਜਿਸ ਰੌਲੇ ਤੋਂ ਬਾਅਦ ਮਨਪ੍ਰੀਤ ਬਾਦਲ ਹੋਰਾਂ ਨੇ ਵਿਧਾਨ ਸਭਾ ਦੇ ਵਿੱਚ ਬਹੁਤ ਐਸੀਆਂ ਗੱਲਾਂ ਕਰ ਦਿੱਤੀਆਂ ਸੀ ਜਿੱਥੋਂ ਇਹ ਗੱਲ ਨਿਕਲ ਆਈ ਕਿ ਵੀ ਉਹਨਾਂ ਦੇ ਮੂੰਹ ਇਹ ਪਰਿਵਾਰਕ ਗੱਲਾਂ ਨਹੀਂ ਸੀ ਸੁਣੀਆਂ ਜਾ ਸਕਦੀਆਂ। ਅਤੇ ਰੌਲਾ ਪਿਆ ਸੀਗਾ ਉਦੋਂ ਜੈਜੀਤ ਚੌਹਲ ਹੋਰਾਂ ਦਾ ਕਿ ਵੀ ਇੱਕ ਜੋ ਟੈਕਸ ਜਿਹੜਾ ਹੈ ਉਹ ਸ਼ਬਦ ਜਿਹੜਾ ਉਹ ਆਵਾਂ ਜਾ, ਅਤੇ ਹੁਣ ਜਾ ਕੇ ਜੈਜੀਤ ਚੌਹਲ ਹੋਰਾਂ ਨੇ ਕੇਸ ਕਰਵਾ ਦਿੱਤਾ ਜੀ ਸੁਖਬੀਰ ਬਾਦਲ ਹੋਰਾਂ 'ਤੇ, ਹਰਸਿਮਰਤ ਬਾਦਲ 'ਤੇ, ਚੀਮਾ ਸਾਹਿਬ 'ਤੇ, ਮਜੀਠੀਆ ਸਾਹਿਬ 'ਤੇ, ਮੀਡੀਆ ਹਾਊਸ ਵੀ ਨੇ ਸ਼ਾਇਦ ਉਹ 'ਚ ਇੱਕ ਦੋ। ਇਹ ਸਾਰੇ ਕੇਸ ਨੂੰ ਕਿਵੇਂ ਦੇਖਦੇ ਹੋ ਕਿ ਪਹਿਲਾਂ ਉਹ ਚੀਜ਼ ਉੱਭਰੀ ਠੱਪੀ ਗਈ ਅਤੇ ਹੁਣ ਇੱਕ ਕੇਸ ਦਾ ਰੂਪ ਲੈ ਕੇ ਸਾਹਮਣੇ ਆ ਗਈ? ਜੈਜੀਤ ਚੌਹਲ ਉਹਨੂੰ ਕੋਈ ਜਾਣਦਾ ਹੀ ਨਹੀਂ ਜੀ, ਉਹਨੂੰ ਸਾਰੇ ਜੋਜੋ ਕਹਿੰਦੇ ਜੀ, ਨਿਕਨੇਮ ਹੈ ਜੋਜੋ। ਮਨਪ੍ਰੀਤ ਸਿੰਘ ਬਾਦਲ ਦਾ ਸਾਲਾ ਉਹ ਇੰਨਾ ਹੀ ਹਾਈ ਪ੍ਰੋਫਾਈਲ ਹੈ ਜਿੰਨਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਜੀ, ਦੋਵੇਂ ਹੀ ਚੜ੍ਹਤ ਵਿੱਚ ਹੋਣ ਅਤੇ ਬਹੁਤ ਖੁੱਲੀਆਂ ਗੱਲਾਂ ਕਰਨ ਤੱਕ ਚਲੇ ਜਾਂਦੇ ਨੇ ਜੀ, ਪਰ ਇੱਕ ਫਰਕ ਹੈ, ਬਿਕਰਮ ਸਿੰਘ ਮਜੀਠੀਆ ਦੇ ਸਿਰ 'ਤੇ ਆਸ਼ੀਰਵਾਦ ਕਿਸੇ ਦਾ ਹੈਗਾ ਸੀ, ਉਹ ਦੋ ਵਾਰੀ MLA ਬਣ ਗਿਆ, ਮੰਤਰੀ ਬਣ ਗਿਆ, ਸਭ ਕੁਛ ਹੈ। ਜੋਜੋ ਨੂੰ ਇਹੋ ਜਿਹੀ ਕਿਸੇ ਪਾਸੇ ਸਰਪ੍ਰਸਤੀ ਮਿਲੀ ਨਹੀਂ ਜੀ, ਉਹ ਸਿਰਫ ਮਨਪ੍ਰੀਤ ਦਾ ਰਿਸ਼ਤੇਦਾਰ ਰਹਿ ਗਿਆ। ਪਿਛਲੇ ਸਮੇਂ 'ਚ ਪਰਿਵਾਰ ਵਿੱਚ ਜਦੋਂ ਬਾਦਲ ਪਰਿਵਾਰ 'ਚ ਪਾਟਕ ਪਿਆ, ਉਸ ਪਾਟਕ ਦੇ ਦੌਰਾਨ ਜਿਹੜਾ ਵੱਡੇ ਬਾਦਲ ਦਾ ਪਰਿਵਾਰ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਜੀ, ਉਹ ਚੜ੍ਹਤ ਵਿੱਚ ਸੀ, ਹੈ ਵੀ ਉਹ ਜ਼ਿਆਦਾ ਸੀ, ਉਹ ਬੜਾ ਚੜ੍ਹ ਕੇ ਬੋਲਦੇ ਰਹੇ। ਅਤੇ ਛੋਟੇ ਬਾਦਲ ਸਰਦਾਰ ਗੁਰਦਾਸ ਸਿੰਘ ਬਾਦਲ ਦਾ ਪਰਿਵਾਰ, ਵੀ ਉਹ ਵੈਸੇ ਕਦੇ ਨਹੀਂ ਸਾਰੀ ਉਮਰ ਬੋਲਿਆ ਜੀ, ਉਹ ਤਾਂ ਜਦੋਂ ਪਾਰਲੀਮੈਂਟ ਮੈਂਬਰ ਸੀ ਉੱਥੇ ਵੀ ਸਵਾਇ ਸਹੁੰ ਪੜ੍ਹਨ ਤੋਂ ਕੁਝ ਨਹੀਂ ਬੋਲਦਾ। ਅਤੇ ਮੁੰਡੇ ਨੇ ਮਨਪ੍ਰੀਤ ਬਾਦਲ ਨੇ ਵੀ ਕਦੇ ਕਿਸੇ ਦਾ ਪੈਰ ਨਹੀਂ ਸੀ ਮਿੰਦਿਆ। ਫਿਰ ਹੌਲੀ ਹੌਲੀ ਜਦੋਂ ਉਹਦੇ ਉੱਤੇ ਲਗਾਤਾਰ ਚਾਂਦਮਾਰੀ ਹੁੰਦੀ ਗਈ ਹੁੰਦੀ ਗਈ ਹੁੰਦੀ ਗਈ, ਕਿਸੇ ਬੰਦੇ ਨੂੰ ਕੁੱਟੀ ਜਾਓ ਕੁੱਟੀ ਜਾਓ, ਪਿੱਛੇ ਹਟਦਾ ਜਾਂਦਾ ਹਟਦਾ ਜਾਂਦਾ ਹਟ ਜਾਂਦਾ, ਇੱਕ ਫਿਰ ਥਾਂ ਆ ਜਾਂਦੀ ਹੈ ਜਿੱਥੇ ਉਹਦੇ ਪਿੱਛੇ ਕੰਧ ਹੁੰਦੀ ਹੈ, ਪਿੱਛੇ ਹਟਣ ਨੂੰ ਥਾਂ ਨਹੀਂ ਹੁੰਦਾ, ਉਦੋਂ ਫਿਰ ਉਹ ਲੜਦਾ ਜੀ। ਇਹ ਜਿਸ ਤਰ੍ਹਾਂ ਕਰੀ ਗਏ, ਉਹ ਸੁਣਦਾ ਗਿਆ, ਫਿਰ ਇੱਕ ਦਿਨ ਵਿਧਾਨ ਸਭਾ 'ਚ ਜਦੋਂ ਸਿੱਧਾ ਇਹਨਾਂ ਨੇ ਅਟੈਕ ਕੀਤਾ ਉੱਤੇ, ਸਾਰੇ ਹੈਰਾਨ ਸੀ ਕਿ ਜਿਹੜੇ ਮਨਪ੍ਰੀਤ ਨੇ ਅੱਜ ਤੱਕ ਕਦੇ ਗੱਲ ਨਹੀਂ ਆਖੀ, ਉਹਨੇ ਫਿਰ ਉਹ ਗੱਲਾਂ ਆਖੀਆਂ ਜਿਹੜੀਆਂ ਕਦੇ ਨਹੀਂ ਜੀ। ਕਹਿੰਦਾ ਜਾਣਦਾ ਤੁਹਾਨੂੰ ਵੱਡਿਆਂ ਨੂੰ, ਹਰਸਿਮਰਤ ਕੌਰ ਬਾਦਲ ਜਦੋਂ ਵਿਆਹ ਹੋਇਆ ਅਤੇ ਇਹਨੂੰ ਕਰਜ਼ੇ 'ਤੇ ਕਾਰ ਲੈ ਕੇ ਦਿੱਤੀ ਸੀ ਦਾਜ ਜੀ, ਇੱਕ ਤਾਂ ਇਹ ਇੱਕ ਦਾਜ 'ਚ ਕਾਰ ਆਈ ਸੀ ਅਤੇ ਦੂਜਾ ਕਰਜ਼ੇ ਦਿੱਤੀ ਸੀ, ਦੋ ਇਕੱਠੇ ਦੋਸ਼ ਲੱਗ ਜਾਂਦੇ ਜੀ। ਉਹਦੀਆਂ ਸਫਾਈਆਂ ਦਿੰਦੀ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਕਿ ਮੇਰੀ ਤਾਂ ਡੋਲੀ ਵੀ ਹੈਲੀਕਾਪਟਰ 'ਚ ਆਈ ਸੀ ਅਤੇ ਨਾਲ ਸਰਬਾਲਾ ਸੀਗੇ, ਨਾਲ ਵੇਖ ਕੇ ਆਇਆ ਸੀ ਜੀ, ਪਰ ਉਹ ਕਾਰ ਵਾਲੀ ਗੱਲ ਨਾਲ ਇੱਕ ਹੀ ਇਹਨਾਂ ਨੂੰ ਡੈਮੇਜ ਬਹੁਤ ਹੋ ਗਿਆ ਜੀ। ਦੂਜਾ ਨੇ ਆਖਿਆ ਮੈਂ ਵੀ ਜਾਣਦਾ, ਮੇਰੀ ਵੀ ਤਾਈ ਸੀ, ਮਾਵਾਂ ਬਰਾਬਰ ਸੀ, ਜਦੋਂ ਉਹਦਾ ਭੋਗ ਪਿਆ ਅਤੇ ਕੜਾਹ ਪ੍ਰਸ਼ਾਦ ਵੀ ਘਰੋਂ ਨਹੀਂ ਦਿੱਤਾ, ਉਹਦੇ ਪੈਸੇ ਵੀ ਕਿਸੇ ਨੇ ਦਿੱਤੇ, ਆਹ ਗੱਲ ਬਹੁਤ ਵੱਡੀ ਸੀ ਜੀ, ਜਿਹੜੀ ਮੇਰੇ ਵਰਗੇ ਬੰਦੇ ਵੀ ਇਹ ਕਹਿੰਦੇ ਸੀ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਕਿਸੇ ਵੀ ਸੂਰਤ ਕਹਿਣੀ ਨਹੀਂ ਸੀ ਚਾਹੀਦੀ ਜੀ, ਕਿ ਭੋਗ ਦੇ ਉੱਤੇ ਕੜਾਹ ਪ੍ਰਸ਼ਾਦ ਵੀ ਕਿਸੇ ਨੇ ਪੈਸੇ ਖਰਚੇ। ਪਤਾ ਨਹੀਂ ਹੋਈ ਇਹ ਗੱਲ ਕਿ ਨਹੀਂ ਹੋਈ ਜੀ, ਪਰ ਜੇ ਹੋਈ ਵੀ ਹੋਵੇ ਤਾਂ ਕਿਸੇ ਸੂਰਤ 'ਤੇ ਗੱਲ ਕਹੀ ਨਹੀਂ ਜਾਣੀ ਚਾਹੀਦੀ। ਇਹ ਸਰੀਕਾਂ ਦਾ ਅੱਡ ਆ ਜਦੋਂ ਇੱਥੋਂ ਤੱਕ ਪਹੁੰਚ ਗਿਆ। ਇਹਦੇ ਦੌਰਾਨ ਬਠਿੰਡੇ 'ਚ ਰੌਲਾ ਪੈਣ ਲੱਗ ਪਿਆ, ਉੱਥੇ ਜੋਜੋ ਟੈਕਸ ਲੱਗਦਾ ਜੀ, ਮੈਨੂੰ ਨਹੀਂ ਪਤਾ ਜੋਜੋ ਉੱਥੇ ਟੈਕਸ ਲਾਉਂਦਾ ਕਿ ਨਹੀਂ ਲਾਉਂਦਾ। ਰੌਲਾ ਤਾਂ ਪਹਿਲਾਂ ਰੇਤ ਬਜਰੀ 'ਚ ਮਜੀਠੀਏ ਦਾ ਵੀ ਪੈਂਦਾ ਰਿਹਾ, ਸਾਨੂੰ ਕੀ ਪਤਾ ਉਹਨੇ ਕੀਤਾ ਕਿ ਨਹੀਂ ਕੀਤਾ ਜੀ, ਹੋ ਸਕਦਾ ਵੱਡੇ ਬਾਦਲਾਂ ਦਾ ਰਿਸ਼ਤੇਦਾਰ ਹੋਣ ਕਰਕੇ ਰੌਲਾ ਪੈਂਦਾ ਹੋਵੇ, ਇੱਥੇ ਵੀ ਕੀ ਪਤਾ ਇਹਨੇ ਕੀਤਾ ਕਿ ਨਹੀਂ ਕੀਤਾ ਜੀ, ਹੋ ਸਕਦਾ ਮਨਪ੍ਰੀਤ ਦਾ ਰਿਸ਼ਤੇਦਾਰ ਹੋਣ ਕਰਕੇ ਪੈਂਦਾ ਹੋਵੇ, ਪਰ ਰੌਲਾ ਪੈਂਦਾ ਰਿਹਾ। ਅਖਬਾਰਾਂ ਵਿੱਚ ਵੀ ਜੋਜੋ ਟੈਕਸ ਦੀ ਗੱਲ ਚੱਲਦੀ ਰਹੀ, ਉਹ ਕਹਿੰਦਾ ਮੇਰੇ ਖਿਲਾਫ਼ ਸਬੂਤ ਹੈ ਕੋਈ ਲਿਆਓ ਜੀ, ਅਤੇ ਜੇ ਮੇਰੇ ਖਿਲਾਫ਼ ਸਬੂਤ ਨਹੀਂ ਤਾਂ ਮੇਰੀ ਬਦਨਾਮੀ ਕੀਤੀ ਗਈ। ਹੁਣ ਦੋ ਕੇਸ ਇਕੱਠੇ ਕਰਤੇ, ਦੋ ਕੇਸ ਇਕੱਠੇ ਇੱਦਾਂ ਕਰੀਦੇ ਆ ਜਿੱਦਾਂ ਬਿਕਰਮ ਸਿੰਘ ਮਜੀਠੀਏ, ਬਿਕਰਮ ਸਿੰਘ ਮਜੀਠੀ ਦੇ ਖਿਲਾਫ਼ ਆਖਿਆ ਸੀ ਨਾ ਅਰਵਿੰਦ ਕੇਜਰੀਵਾਲ ਨੇ ਜੀ, ਮਜੀਠੀਆ ਚਿੱਟੇ ਕਾ ਵਪਾਰੀ ਹੈ ਜੀ, 11 ਮਾਰਚ ਕੋ ਨਤੀਜਾ ਆਏਗਾ, 12 ਕੋ ਤੂੰ ਜੇਲ੍ਹ ਮੇ ਹੋਗਾ, ਅਤੇ ਮਜੀਠੀ ਨੇ ਉੱਤੇ ਦੋ ਕੇਸ ਕੀਤੇ ਸੀ ਜੀ। ਇੱਕ ਕੇਸ ਸੀਗਾ ਮੁਆਵਜ਼ੇ ਦਾ ਕਿ ਮੇਰੀ ਬੜੀ ਮਾਣਹਾਨੀ ਕੀਤੀ ਗਈ, ਦੂਜਾ ਕੇਸ ਸੀਗਾ ਫੌਜਦਾਰੀ ਕਿ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਇਹਨੂੰ ਇਹਦੀ ਸਜ਼ਾ ਦਿੱਤੀ ਜਾਵੇ, ਜੇਲ੍ਹ ਭੇਜਿਆ ਜਾਵੇ ਜੀ।
ਇਸ ਤਰ੍ਹਾਂ ਜੋਜੋ ਨੇ ਵੀ ਦੋ ਕੇਸ ਕੀਤੇ। ਪਹਿਲਾ ਕੇਸ ਵੀਰਵਾਰ ਇਸ ਗੱਲ ਦਾ ਕਿ ਮੇਰੀ ਬੇਇੱਜ਼ਤੀ ਕੀਤੀ ਹੈ, ਮਾਣ ਹਾਨੀ ਦਾ ਕੇਸ ਹੈ, ਫੌਜਦਾਰੀ ਕੇਸ ਹੈ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ ਵਗੈਰਾ ਵਗੈਰਾ ਵਗੈਰਾ, ਇਹਨਾਂ ਸਾਰਿਆਂ ਦੇ ਖਿਲਾਫ਼ ਕਾਰਵਾਈ ਕਰਕੇ ਨਾ ਜੇਲ੍ਹ ਭੇਜੇ ਜੀ। ਦੂਜਾ ਕੇਸ ਉਹਨੇ ਕੀਤਾ ਕਿ ਮੇਰੀ ਮਾਣ ਹਾਨੀ ਹੋਈ, ਮੈਨੂੰ ਇਹਦਾ ਮੁਆਵਜ਼ਾ ਦਵਾਇਆ ਜਾਵੇ, ਉਹਨੇ ਵੀ ਦੋ ਕੀਤੇ ਜੀ। ਹੁਣ ਇਹ ਜਿਹੜੀ ਘਰ ਦੀ ਲੜਾਈ ਸੀ, ਅਮਿਤਾਭ ਬੱਚਨ ਕਹਿੰਦਾ ਘਰ ਕੀ ਬਾਤ, ਘਰ ਮੇਂ ਰਹੇ ਤੋ ਅੱਛਾ ਹੈ, ਅਤੇ ਜੇ ਨਾ ਰਹੇ ਤਾਂ ਫਿਰ ਬਠਿੰਡੇ ਦੀਆਂ ਕਚਹਿਰੀਆਂ 'ਚ ਜੀ। ਇਹ ਹੁਣ ਘਰ ਦੀ ਗੱਲ ਘਰ 'ਚ ਨਹੀਂ ਰਹਿ ਗਈ, ਕਚਹਿਰੀਆਂ ਦੇ ਵਿੱਚ ਇਹ ਚਾਚੇ ਤਾਏ ਦੇ ਪੁੱਤ ਆਪੋ ਵਿੱਚ ਵੀ ਆਹਮੋ ਸਾਹਮਣੇ ਖਲੋਣਗੇ, ਅੱਗੋਂ ਇਹਨਾਂ ਦੇ ਰਿਸ਼ਤੇਦਾਰ ਵੀ ਦੋਵਾਂ ਦੇ ਰਿਸ਼ਤੇਦਾਰੀਆਂ ਵੀ ਇੱਕੋ ਜਿਹੀਆਂ ਜੀ, ਉਹ ਵੀ ਕਚਹਿਰੀਆਂ 'ਚ ਆਹਮੋ ਸਾਹਮਣੇ ਖਲੋ ਕੇ ਇੱਕ ਦੂਜੇ ਨੂੰ ਮੁੱਛਾਂ ਮਤਾ ਦੇਣਗੇ। ਬਾਦਲ ਪਰਿਵਾਰ ਦਾ ਰੱਫੜ ਜਿੰਨਾ ਵੱਧ ਕੇ ਇਸ ਵੇਲੇ ਗਿਆ ਇੱਦਾਂ ਕਦੇ ਨਹੀਂ ਸੀ ਗਿਆ। ਇਹਦੇ ਤੋਂ ਪਹਿਲਾਂ ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਦੋਵੇਂ ਇਕੱਠੇ ਹੁੰਦੇ ਸੀ, ਆਪਣੇ ਚਾਚੇ ਦੇ ਪੁੱਤਾਂ ਨਾਲ ਮਤਭੇਦ ਤਾਂ ਉਹਨਾਂ ਦੇ ਵੀ ਸੀ ਜੀ, ਝਗੜਾ ਵੀ ਰਿਹਾ ਸੀ, ਪਰ ਉਹ ਝਗੜਾ ਅਦਾਲਤਾਂ ਕਚਹਿਰੀਆਂ ਤੱਕ ਨਹੀਂ ਸੀ ਗਿਆ, ਸੱਥਾਂ ਦੇ ਵਿੱਚ ਇੱਕ ਦੂਸਰੇ ਨੂੰ ਇੱਦਾਂ ਦੇ ਮਿਹਣੇ ਦੇਣ ਤੱਕ ਨਹੀਂ ਸੀ ਗਿਆ ਜਿੱਦਾਂ ਹੁਣ ਚਲਾ ਗਿਆ। ਇਹ ਨਵੀਂ ਪੀੜ੍ਹੀ ਕੁਛ ਜ਼ਿਆਦਾ ਅੱਗੇ ਚਲੀ ਗਈ ਹੈ, ਇੰਨਾ ਜਾਣਾ ਨਹੀਂ ਸੀ ਚਾਹੀਦਾ ਜੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਕੀ ਬਣਦਾ। ਪਰ ਆਖਰੀ ਸਵਾਲ ਮੈਂ ਤੁਹਾਨੂੰ ਸਭ ਪੁੱਛਣਾ ਚਾਹੁੰਦਾ ਉਹ ਇਹ ਹੈ ਕਿ ਇੱਕ ਆਪਣੇ ਸਿੱਧੂ ਸਾਹਿਬ ਗਏ ਸੀਗੇ ਚੋਣ ਪ੍ਰਚਾਰ ਕਰਨ ਦੇ, ਉੱਥੇ ਕੁਝ ਗੱਲਾਂ ਜਿਹੜੀਆਂ ਉਹਨਾਂ ਨੇ ਕਹਿ ਦਿੱਤੀਆਂ, ਉਹਦੇ ਤੋਂ ਬਾਅਦ ਇੱਕ ਹਿੰਦੂ ਯੁਵਾ ਵਾਹਿਨੀ ਗਰੁੱਪ ਹੈ ਜੀ, ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ 1 ਕਰੋੜ ਰੁਪਈਆ ਇਨਾਮ ਦਿਆਂਗੇ ਜਿਹੜਾ ਨਵਜੋਤ ਸਿੱਧੂ ਦਾ ਸਿਰ ਕਲਮ ਕਰਕੇ ਲਿਆਊਗਾ। ਇੱਥੋਂ ਤੱਕ ਗੱਲ ਅੱਪੜ ਜਾਣੀ, ਇਹਨੂੰ ਕਿਵੇਂ ਦੇਖਦੇ ਹੋ? ਇਹ ਤਮਾਸ਼ਾ ਹੀ ਬਣ ਗਿਆ, ਜਿਹਦੇ ਮਰਜ਼ੀ ਸਿਰ ਦਾ ਨਾਂ ਇਨਾਮ ਰੱਖ ਦਿੰਦੇ ਜੀ। ਹੁਣ ਇਹ ਕਹਿਤਾ ਨਵਜੋਤ ਸਿੰਘ ਸਿੱਧੂ ਦੇ ਸਿਰ ਦਾ ਨਾਮ 1 ਕਰੋੜ ਰੁਪਈਆ, ਉਹਦੇ 'ਚ ਕਹਿੰਦੇ ਕੀ ਆ? ਕਹਿੰਦੇ ਜੀ ਇਹਨੇ ਸਾਡੇ ਯੋਗੀ ਆਦਿੱਤਿਆਨਾਥ ਜੀ ਬੜੇ ਸਤਿਕਾਰਤ ਯੋਗੀ ਨੇ, ਉਹਨਾਂ ਨੂੰ ਇੱਕ ਤਾਂ ਭੋਗੀ ਆਖਿਆ ਜੀ, ਅਤੇ ਯੋਗੀ ਨੂੰ ਭੋਗੀ ਤਾਂ ਕਈ ਲੋਕ ਆਖੀ ਜਾਂਦੇ ਨੇ ਜੀ, ਰਾਜਨੀਤੀ 'ਚ ਕਈਆਂ ਲੋਕਾਂ ਨੇ ਆਖਿਆ, ਇਹਨੇ ਪਹਿਲਾਂ ਨਹੀਂ ਆਖਿਆ। ਦੂਜਾ ਉਹਦੇ ਬਾਰੇ ਕਹਿੰਦੇ ਜੀ ਕੁਛ ਬਹੁਤ ਮਾੜੇ ਲਫ਼ਜ਼ ਵਰਤੇ ਆ, ਸਾਨੂੰ ਨਹੀਂ ਪਤਾ ਕੀ ਵਰਤੇ ਆ ਕੀ ਨਹੀਂ। ਉਹ ਕਹਿੰਦੇ ਜੀ ਇਸ਼ਾਰਿਆਂ 'ਚ ਵਰਤੇ ਆ ਜੀ, ਜੇ ਵਰਤੇ ਆ ਤਾਂ ਦੋ ਤਰੀਕੇ ਹੁੰਦੇ ਆ, ਇੱਕ ਤਾਂ ਇਹ ਕਿ ਇਸ਼ਾਰਿਆਂ 'ਚ ਤੁਸੀਂ ਉਹਦੇ ਨਾਲ ਦੁੱਗਣੇ ਵਰਤ ਲਓ ਜੀ, ਤੁਹਾਡਾ ਕਿਸੇ ਮੂੰਹ ਫੜਿਆ ਵਰਤੋ, ਅਤੇ ਦੂਸਰਾ ਤਰੀਕਾ ਹੁੰਦਾ ਕਿ ਤੁਸੀਂ ਕਾਨੂੰਨੀ ਕਾਰਵਾਈ ਕਰ ਲਓ, ਜੇ ਬਾਦਲ ਪਰਿਵਾਰ ਆਮੋ ਸਾਹਮਣੇ ਇੱਕ ਦੂਜੇ ਖਿਲਾਫ਼ ਮੁਕੱਦਮੇ ਕਰਨ ਤੁਰ ਸਕਦਾ, ਤੁਸੀਂ ਵੀ ਕਰ ਲਓ ਜੀ, ਆਪੇ ਵੇਖਿਆ ਜਾਊਗਾ ਕਚਹਿਰੀਆਂ 'ਚ। ਉਹਨਾਂ ਨੇ ਇਹ ਦੋਵੇਂ ਛੱਡ ਕੇ ਇੱਕ ਤੀਸਰਾ ਤਰੀਕਾ ਅਪਣਾਇਆ ਕਿ ਸਿੱਧੂ ਦੇ ਸਿਰ ਦਾ ਇਨਾਮ 1 ਕਰੋੜ ਰੁਪਈਆ। ਇਹੋ ਹੀ ਲੋਕ ਨੇ ਜਾਂ ਇਹਨਾਂ ਨਾਲ ਮਿਲਦੇ ਜੁਲਦੇ, ਇਹ ਨਾ ਕਹੋ ਇਹਨਾਂ ਨਾਲ ਮਿਲਦੇ ਜੁਲਦੇ, ਵੱਖ ਵੱਖ ਹਿੰਦੂ ਜਥੇਬੰਦੀਆਂ ਸੀ ਜਿਨ੍ਹਾਂ ਨੇ ਪਿਛਲੇ ਸਾਲ ਨਵੰਬਰ ਦਸੰਬਰ ਦੇ ਵਿੱਚ ਪਦਮਾਵਤੀ ਫਿਲਮ ਦੇ ਖਿਲਾਫ਼ ਹਨੇਰੀ ਚੁੱਕੀ ਸੀ ਜੀ। ਇੱਥੋਂ ਤੱਕ ਆਖਿਆ ਗਿਆ ਦੀਪਿਕਾ ਪਾਦੂਕੋਨ ਨੇ ਜਿਹੜੀ ਫਿਲਮ ਦੀ ਹੀਰੋਇਨ ਆ, ਜਿਹੜਾ ਉਹਦਾ ਨੱਕ ਵੱਢ ਕੇ ਲਿਆਵੇ ਉਹਨੂੰ 1 ਕਰੋੜ ਰੁਪਇਆ ਦਿਆਂਗੇ ਜੀ, ਜਿਹੜਾ ਸਿਰ ਵੱਢ ਕੇ ਲਿਆਵੇ ਉਹਨੂੰ 1 ਕਰੋੜ ਰੁਪਇਆ ਦਿਆਂਗੇ। ਇਹ ਕਿਹਨੇ ਆਖ ਦਿੱਤਾ ਸੀ? ਅਤੇ ਫਿਰ ਫਿਲਮ ਰੋਕ ਲਈ, ਉਸ ਫਿਲਮ ਦੀ ਇੱਕ ਬਿਹਾਰੀ ਬੁਝਾਈ ਹੈ ਜੀ, ਪਦਮਾਵਤੀ ਸੀ, ਪਦਮਾਵਤ ਕਹਿਤਾ, ਹੁਣ ਬਿਹਾਰੀ ਬੁਝ ਗਈ ਆ, ਫਿਲਮ ਉਹ ਹੀ ਚੱਲੀ ਗਈ ਆ, ਫਿਰ ਕਿਸੇ ਨੇ ਰੋਕੀ ਵੀ ਨਹੀਂ। ਇਹਦਾ ਮਤਲਬ ਕਿ ਇਹਨਾਂ ਲੋਕਾਂ ਨੂੰ ਕੋਈ ਚੁੱਕਦਾ, ਚੁੱਕ ਕੇ ਇਸ ਭੀੜ ਨੂੰ ਭੜਕਾਉਂਦਾ, ਇਹਨਾਂ ਦੀ ਭੜਕਾਟ 'ਚੋਂ ਕੋਈ ਫਾਇਦੇ ਲੈਂਦਾ ਜੀ। ਹੁਣ ਜਿਹੜੀ ਹਿੰਦੂ ਯੁਵਾ ਵਾਹਿਨੀ ਨੇ ਇਹ ਸਾਰਾ ਕੁਛ ਕੀਤਾ, ਇਹ ਹਿੰਦੂ ਯੁਵਾ ਵਾਹਿਨੀ 2002 'ਚ ਬਣਾਈ ਗਈ ਸੀ ਔਰ ਇਹਦੀ ਨੀਂਹ ਰੱਖੀ ਸੀ ਯੋਗੀ ਆਦਿੱਤਿਆਨਾਥ ਜੀ ਨੇ, ਜਿਹੜੇ ਅੱਜ ਕੱਲ੍ਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੀ। ਇਸ ਹਿੰਦੂ ਯੁਵਾ ਵਾਹਿਨੀ ਦਾ ਅੱਜ ਵੀ ਹੈੱਡਕੁਆਟਰ ਮੁੱਖ ਦਫ਼ਤਰ ਇਹਦਾ ਗੋਰਖਪੁਰ ਦੇ ਵਿੱਚ ਗਿਣਿਆ ਜਾਂਦਾ, ਜਿਹੜਾ ਯੋਗੀ ਆਦਿੱਤਿਆਨਾਥ ਦਾ ਆਪਣਾ ਸ਼ਹਿਰ ਹੈ ਅਤੇ ਜਿੱਥੋਂ 5 ਵਾਰੀ ਉਹ ਪਾਰਲੀਮੈਂਟ ਮੈਂਬਰ ਵੀ ਬਣ ਚੁੱਕੇ ਆ, ਉਹ ਗਿਣਿਆ ਜਾਂਦਾ, ਜਿਹਦਾ ਉੱਥੇ ਦਫ਼ਤਰ ਹੋਵੇ। ਜੇ ਯੁਵਾ ਵਾਹਿਨੀ ਇਹੋ ਜਿਹਾ ਐਲਾਨ ਕਰਦੀ ਆ ਕਿ ਸਿੱਧੂ ਦਾ ਸਿਰ ਲਿਆਓ ਅਤੇ 1 ਕਰੋੜ ਰੁਪਈਆ ਦਿਆਂਗੇ, ਅਤੇ ਫਿਰ ਯੋਗੀ ਆਦਿੱਤਿਆਨਾਥ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਕਿ ਉਹਦੀ ਸ਼ਹਿਰ ਤੋਂ ਬਗੈਰ ਕੰਮ ਹੁੰਦਾ ਪਿਆ ਜੀ, ਉਹਨੂੰ ਕਿਸੇ ਪੁੱਛਿਆ? ਉਹਦੀ ਸਰਪ੍ਰਸਤੀ ਵਿੱਚ ਜਿਹੜੀ ਜਥੇਬੰਦੀ ਚੱਲਦੀ ਹੈ ਜਾਂ ਜਿਹੜੀ ਉਹਨੇ ਖੜੀ ਕੀਤੀ ਸੀ, ਇਹੋ ਜਥੇਬੰਦੀ ਹੈ ਜਿਹੜੀ ਲਵ ਜਹਾਦ ਦੇ ਖਿਲਾਫ਼ ਮੁਹਿੰਮ ਚਲਾਉਂਦੀ ਰਹੀ ਹੈ, ਅਤੇ ਇਹੋ ਹੀ ਜਥੇਬੰਦੀ ਆ ਜਿਹਨੇ ਇੱਕ ਵਾਰੀ ਘਰ ਵਾਪਸੀ ਦੀ ਮੁਹਿੰਮ ਚਲਾਈ ਸੀ ਮੁਸਲਮਾਨਾਂ ਨੂੰ ਹਿੰਦੂ ਧਰਮ 'ਚ ਵਾਪਸ ਲਿਆਉਣਾ ਜੀ। ਹੁਣ ਮੇਰਾ ਸਭ ਗੱਲਾਂ ਨੂੰ ਛੱਡ ਕੇ ਦੂਜੀ 'ਤੇ ਆਉਣਾ, ਹਿੰਦੁਸਤਾਨ ਦੇ ਵਿੱਚ ਕਾਨੂੰਨ ਦਾ ਰਾਜ, ਇਸ ਕਾਨੂੰਨ ਦੇ ਵਿੱਚ ਸਿਰਫ ਇਹੋ ਗੱਲ ਜੁਰਮ ਨਹੀਂ ਗੀ ਕਿ ਕਿਸੇ ਨੇ ਕਿਸੇ ਨੂੰ ਕਤਲ ਕਰਤਾ, ਦੂਜੀ ਗੱਲ ਵੀ ਜੁਰਮ ਹੈ, ਕਤਲ ਕਰਨ ਦੀ ਕੋਸ਼ਿਸ਼ ਕੀਤੀ, ਇਰਾਦਾ ਕਤਲ ਜਿਹਨੂੰ ਕਹਿੰਦੇ ਆ ਜੀ, ਅਟੈਂਪਟ ਟੂ ਮਰਡਰ, ਉਹ ਵੀ ਕੀਤੀ, ਬੰਦਾ ਨਹੀਂ ਮਰਿਆ, ਵੱਖਰੀ ਗੱਲ, ਆਪਣੀ ਵੱਲੋਂ ਤਾਂ ਮਾਰਤਾ ਜੀ, ਉਹ ਵੀ ਜੁਰਮ ਹੁੰਦਾ। ਇੱਕ ਤੀਜੀ ਗੱਲ ਉਹ ਇਹ ਕਿ ਕਤਲ ਦੀ ਸਾਜਿਸ਼ 'ਚ ਸ਼ਾਮਿਲ ਹੋਣਾ, ਕਤਲ ਦੀ ਧਮਕੀ ਦੇਣਾ ਜੀ, ਅਸੀਂ ਪਿੰਡਾਂ 'ਚੋਂ ਆਏ ਲੋਕ ਹਾਂ, ਸਾਨੂੰ ਪਤਾ ਕਿਹੋ ਜਿਹੇ ਕੇਸ ਹੁੰਦੇ ਸੀ ਜਿੱਥੇ ਅਦਾਲਤਾਂ ਕਤਲ ਕਰਨ ਵਾਲੇ ਦੇ ਨਾਲ ਖੰਗੂਰਾ ਮਾਰਨ ਵਾਲੇ ਨੂੰ ਵੀ ਬੰਨ੍ਹ ਦਿੰਦੀਆਂ ਸੀ ਕਿ ਇਹਨੇ ਉਕਸਾ ਕੇ ਕਤਲ ਕਰਵਾਇਆ,
ਹੁਣ ਜਿਹੜਾ ਉਕਸਾ ਕੇ ਕਤਲ ਕਰਵਾਉਣ ਵਾਲਾ ਕੰਮ ਹੈ, ਜਦੋਂ ਇਹ ਧਮਕੀ ਦਿੱਤੀ ਜਾਂਦੀ ਹੈ ਅਤੇ ਨਾਲ ਆਖਿਆ ਜਾਂਦਾ ਇਨਾਮ ਰੱਖ ਦਿੱਤਾ 1 ਕਰੋੜ ਦਾ, ਉਹ ਉਸ ਖਾਤੇ 'ਚ ਆਉਂਦੇ ਉਹਨਾਂ ਲੋਕਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਦੇਸ਼ 'ਚ ਇਹੋ ਜਿਹੇ ਮਾਮਲਿਆਂ 'ਤੇ ਅੱਗੇ ਕਾਨੂੰਨੀ ਕਾਰਵਾਈਆਂ ਹੋਈਆਂ ਨਹੀਂ, ਇਸ ਕਰਕੇ ਹਰ ਇੱਕ ਦਾ ਮੂੰਹ ਪਾਟਦਾ ਜਾ ਰਿਹਾ ਔਰ ਕੰਨਾਂ ਤੱਕ ਪਾਟਣ ਲੱਗ ਪਿਆ ਜੀ। ਇਹਦੇ ਨਾਲ ਕੱਲ੍ਹ ਨੂੰ ਕੁਝ ਸੱਚੀ ਮੁੱਚੀ ਮਾੜੀ ਚੰਗੀ ਘਟਨਾ ਵਾਪਰ ਗਈ ਤਾਂ ਫਿਰ ਜਵਾਬ ਕੌਣ ਦੇਵੇਗਾ? ਸਰਕਾਰ ਨੂੰ, ਕੇਂਦਰ ਦੀ ਨੂੰ ਵੀ, ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ, ਖਾਸ ਤੌਰ 'ਤੇ ਉੱਤਰ ਪ੍ਰਦੇਸ਼ ਵਾਲੇ ਨੂੰ, ਕਿਉਂਕਿ ਲਾਅ ਐਂਡ ਆਰਡਰ ਸਟੇਟ ਸਬਜੈਕਟ ਆ, ਸੂਬਾ ਸਰਕਾਰ ਨੂੰ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ ਸਮਝਿਆ ਜਾਵੇਗਾ ਕਿ ਇਹ ਲੋਕ ਕਿਸੇ ਦੀ ਸ਼ਹਿ 'ਤੇ ਤਿੰਗੜਦੇ। ਬਿਲਕੁਲ ਸਹੀ ਪਰਨੂ ਸਾਹਿਬ, ਤੁਸੀਂ ਸਮਾਂ ਕੱਢਿਆ, ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਧੰਨਵਾਦ ਤੁਹਾਡਾ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਫਿਲਹਾਲ ਦੀ ਇਜਾਜ਼ਤ, ਗੁਰਪ੍ਰੀਤ ਸੰਧਾਂ ਵਾਲੀਏ ਨੂੰ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।